वैसे भी मेरे मरण तो बाद सरकार कुछ फंड देगी कि हम उन्होंने फंड सैक्शन किए जाते हैं तो मेरे बच्चे अनाथ होने तो बच जाएंगे। मेहरबानी करो सी हमसा महाराज साहब, कृपा करो जो हम फंड सैक्शन किए जाते हैं मैं बच सकता, मेरे बच्चे अनाथ होने तो बच सकते हैं। सरकार ने बाद भी पैसा देना ही है, फंड दिते जा मेरी जिंदगी बच सकती है। लुधियाना के केंद्रीय जेल में तैनात DSP हरिंदर सिंह जिंदगी अते मौत की लड़ाई लड़ रहे ने। उना दे दोवें लंग्स पूरी तरह खराब हो चुके ने अते उना दा ऑपरेशन चेन्नई जा हैदराबाद होना है। लुधियाना SPS हस्पताल विच ओह 6 अप्रैल नू दाखल होए सन। सूत्रां ने दस्या कि लंबा समा ओह ICU विच वी रहे ने अते डाक्टरां दे पैनल ने उना दा चंगे तो चंगा इलाज किया पर निमोनिया होने कारण उना दे लंग्स बिल्कुल खत्म हो चुके सन। इस तों बाद उना दे लंग्स नू बदलन संबंधी डाक्टरां दे पैनल अते पंजाब सरकार दे नुमाइंदियां दी बीते दिन बैठक भी हुई। SPS हस्पताल दे सीनियर डॉक्टर गुरप्रीत सिंह ने जानकारी दिंदिया दस्या कि उना दा कई दिना तक ICU विच इलाज चलदा रहा। हरजिंदर सिंह जेड़े DSP हैगे साढ़े कोल 6 अप्रैल नू इस हस्पताल च आए सी, कोविड दी प्रॉब्लम सी, साह दी दिक्कत आ रही सी, तां उना दा असीं इत्थे इलाज 6 अप्रैल नू शुरू कीता। सो जो बेस्ट ट्रीटमेंट हुंदा है कोविड दे लई ओह सारा उना नू दित्ता गया। उना दी लंग्स दी हालत चंगी नहीं सी, निमोनिया सी, तो उन्होंने इलाज काफ़ी दिनों तक ICU ਦੇ ਵਿੱਚ ਹੋਇਆ। ਸਾਰੀਆਂ ਜੋ ਬੈਸਟ ਦਵਾਈਆਂ ਦਿੱਤੀਆਂ ਗਈਆਂ ਅਤੇ ਉਹਨਾਂ ਦੇ ਨਾਲ ਉਹਨਾਂ ਦੀ ਇੰਪਰੂਵਮੈਂਟ ਹੋਈ ਉਸ ਸਮੇਂ ਵਿੱਚ, ਅਤੇ ਕਾਫ਼ੀ ਦਿਨ ਉਹਨਾਂ ਨੂੰ ICU 'ਚ ਰਿਹਾ ਗਿਆ ਕਿਉਂਕਿ ਉਹਨਾਂ ਦੀ ਤਕਲੀਫ ਬਹੁਤ ਜ਼ਿਆਦਾ ਸੀ। ਉਸ ਤੋਂ ਬਾਅਦ ਉਹ ਥੋੜ੍ਹੇ ਬੈਟਰ ਹੋਏ ਪਰ ਸਟਿਲ ਆਕਸੀਜਨ 'ਤੇ ਸੀ, ਤਾਂ ਉਹਨਾਂ ਨੂੰ ਪ੍ਰਾਈਵੇਟ ਰੂਮ ਵਿੱਚ ਸ਼ਿਫਟ ਕੀਤਾ ਗਿਆ, ਉੱਥੇ ਵੀ ਉਹ ਹਾਈ ਫਲੋ ਆਕਸੀਜਨ 'ਤੇ ਰਹੇ। ਅਤੇ ਕੁਝ ਦਿਨ ਪਹਿਲਾਂ ਉਹਨਾਂ ਦਾ ਆਕਸੀਜਨ ਵੀ ਅਚਾਨਕ ਹੇਠਾਂ ਚਲਾ ਗਿਆ, ਜਿਸ ਤੋਂ ਬਾਅਦ ਉਹਨਾਂ ਨੂੰ ਮੁੜ ਤੋਂ ICU ਵਿੱਚ ਸ਼ਿਫਟ ਕੀਤਾ ਗਿਆ। ਉਹਨਾਂ ਦੱਸਿਆ ਕਿ ਉਹਨਾਂ ਦੇ ਲੰਗਸ ਬਿਲਕੁਲ ਖਤਮ ਹੋ ਚੁੱਕੇ ਨੇ ਪਰ ਉਹ ਆਪਣਾ ਇਲਾਜ ਅਜੇ ਕਿੱਥੇ ਕਰਵਾਉਣਾ ਚਾਹੁੰਦੇ ਨੇ ਇਹ ਸਭ ਮਰੀਜ਼ 'ਤੇ ਹੀ ਡਿਪੈਂਡ ਕਰਦਾ ਹੈ। ਉੱਧਰ SPS ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾਕਟਰ ਰਾਜੀਵ ਕੁੰਦਰਾ ਨੇ ਦੱਸਿਆ ਕਿ ਬੀਤੇ ਦਿਨ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਅਤੇ ਡਾਕਟਰ ਚੰਡੀਗੜ੍ਹ ਦੇ ਪੈਨਲ ਨਾਲ ਇੱਕ ਬੈਠਕ ਉਹਨਾਂ ਦੀ ਹੋਈ ਹੈ ਅਤੇ DSP ਦੇ ਇਲਾਜ ਸੰਬੰਧੀ ਵਿਚਾਰ ਵਟਾਂਦਰਾ ਹੋਇਆ ਹੈ। ਉਹਨਾਂ ਕਿਹਾ ਕਿ ਇਲਾਜ 'ਤੇ ਕਿੰਨਾ ਖਰਚਾ ਆਵੇਗਾ ਇਹ ਕਹਿਣਾ ਤਾਂ ਸੰਭਵ ਨਹੀਂ ਹੈ ਪਰ ਉਹ ਆਪਣਾ ਇਲਾਜ ਕਿਤੇ ਵੀ ਕਰਵਾ ਸਕਦੇ ਨੇ। ਇਸ ਸੰਬੰਧੀ ਪੰਜਾਬ ਸਰਕਾਰ ਨਾਲ ਵੀ ਗੱਲਬਾਤ ਹੋਈ ਹੈ। ਉਹਨਾਂ ਨੇ ਮਰੀਜ਼ ਦੀ ਕੰਡੀਸ਼ਨ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ। ਸਰਕਾਰ ਨੇ ਕਮੇਟੀ ਗਠਿਤ ਕੀਤੀ ਹੋਈ ਹੈ ਜਿਹਦੇ 'ਚ ਸਾਰਾ ਕੇਸ ਸਾਡੇ ਵੱਲੋਂ ਸਾਰੇ ਰਿਪੋਰਟ ਸਾਰੀਆਂ ਹਿਸਟਰੀ ਉਹਦੀ ਕੇਸ ਦੀ, ਅਸੀਂ ਕੱਲ੍ਹ ਰਾਤੀ ਵੀ ਸਾਰੀ ਕਮੇਟੀ ਦੇ ਨਾਲ ਡਾਕਟਰ ਸਾਹਿਬ ਨੇ ਵੀ ਮੀਟਿੰਗ ਕੀਤੀ ਹੈ ਤਾਂ ਮੈਂ ਵੀ ਉਹਦੇ ਵਿੱਚ ਸੀਗਾ ਅਤੇ ਉਹਨਾਂ ਹੁਣ ਅੱਗੇ ਜੋ ਵੀ ਡਿਸੀਜ਼ਨ ਜਿੱਦਾਂ ਵੀ ਉਹ ਕਹਿਣਗੇ ਫਰਦਰ ਮੈਨੇਜਮੈਂਟ ਕੀ ਚਾਹੀਦੀ ਹੈ ਉਹ ਅਕੋਰਡਿੰਗਲੀ ਉਹਨਾਂ ਨੂੰ ਦਿੱਤੀ ਜਾਏਗੀ। ਸੋ ਦੈਟ ਕਮੇਟੀ ਹੈ ਸੈਡ ਵੀ ਤੁਸੀਂ ਜੋ ਇਲਾਜ ਕਰ ਰਹੇ ਹੋ ਠੀਕ ਕਰ ਰਹੇ ਹੋ, ਕੰਟੀਨਿਊ ਕਰਨ ਵਾਸਤੇ ਕਿਹਾ ਹੈਗਾ ਐਂਡ ਬਾਕੀ ਜੋ ਵੀ ਹੁਣ ਉਹਨਾਂ ਦਾ ਫੈਸਲਾ ਹੋਏਗਾ ਉਹ ਅੱਗੇ ਉਸ ਤਰ੍ਹਾਂ ਨਾਲ ਹੀ ਹੋਏਗਾ। ਭਰਤ ਸ਼ਰਮਾ ਦੀ ਰਿਪੋਰਟ, ਦ ਸਮਰ ਨਿਊਜ਼।